दो बेटियां ने? हाँ जी सर, मैम मेरे को दो बेटियां ने। हाँ बेटे, तू एक गल मन, बेटिया नू अपने कोल रख, चाहे तू रह दे नाल नहीं रह, वो गल वक्री है, पर बेटिया नू अपने कोल रख। मेरी एक गल मनी। बेटिया अपने कोल रखो, ये गल तुसी जरूर मेरी मन्नियो। चलो मैम, ताड़ी गल मैं थोड़ी कट रहा, तुम बड़े हो, साडे तो बड़ी माता वर्गे हो। मैं ताड़ी गल, तुम बहुत वधिया गल कही कि बेटियां अपने कोल रखण। मैम इहदे कोल बेटियां तां नहीं रहिंदियां, एक्चुअली इहनां दे मदर थोड़ा उहनूं खिंचदे आ बच्चियां नूं, इहदे तां नहीं बेटियां साडी इहनां कोल रहिंदियां। मैम जिहड़े बच्चे जिहनूं वड्डी बेटी संभालणा ना, मैम ਇਹ ਆਪੋ ਆਪਣਾ ਹੁੰਦਾ। ਹੁਣ ਮੇਰੇ ਵੀ ਦੋਤੇ ਦੋਤੀਆਂ ਨੇ ਮੇਰੇ ਕੋਲ, ਰੇਂਜਰ ਮੈਂ ਘੂਰਦੀ ਵੀ ਆ, ਰੱਖਦੀ ਵੀ ਆ, ਸਾਰਾ ਕੁਝ ਕਰਦੀ ਆ, ਪਿਆਰ ਕਰਦੀ ਆ। ਮੈਮ ਹੁਣ ਮੇਰੀ ਜਿਹੜੀ ਛੋਟੀ ਬੇਟੀ ਆ ਸਰ, ਦਾਦੀ ਕੋਲ ਰਹਿੰਦੀ, ਉਹ ਪੜ ਰਹੀ ਆ, ਸਭ ਕੁਝ ਹੋ ਰਿਹਾ ਜੀ, ਠੀਕ ਹੈ ਨਾ ਜੀ। ਇਹਦਾ ਥੋੜਾ ਇਹ ਕਿ ਉਹ ਬੇਟੀ ਤਾਂ ਨਹੀਂ ਰਹਿੰਦੀ, ਥੋੜਾ ਉਹਨੂੰ ਖਿੱਚਦੇ ਆ ਮੈਮ, ਮਤਲਬ ਹਰ ਇੱਕ ਚੀਜ਼ ਤੋਂ, ਮਤਲਬ ਬੱਚੇ ਨੂੰ ਹੁਣ ਪਿਆਰ ਵੀ ਚਾਹੀਦਾ। ਆਰ ਫਾਈਨ ਵੀ ਬੇਸਿਕ ਟਾਈਮ ਬਕੀ ਨੇ, ਉਹਨਾਂ ਨੇ ਧੀਆਂ ਨੇ, ਉਹ ਬੜੀ ਬੇਟੀ ਦੀ ਕੋਈ ਗੱਲ ਨਹੀਂ, ਇਹ ਗੱਲ ਨੂੰ ਗਲਤ ਲੈ ਕੇ ਜਾ ਰਹੀ ਹੈ, ਗੱਲ ਕੋਈ ਨਹੀਂ ਸਰ। ਆਪਣੇ ਹਰਜਿੰਦਰ, ਤੁਸੀਂ 3 ਸਾਲ ਤੋਂ 2.5 ਸਾਲ ਤੋਂ ਵੱਖਰੇ ਹੋ। ਹਰਜਿੰਦਰ ਇੱਕ ਮਿੰਟ, ਹਰਜਿੰਦਰ ਹੋਲਡ ਔਨ, ਤੁਸੀਂ ਆਪਣੀ ਧੀਆਂ ਵਾਸਤੇ ਕਦੇ ਮਰੀਤਾਂ ਨੂੰ ਪੈਸੇ ਭੇਜੇ ਆ 3 ਸਾਲ 2.5 ਸਾਲ ਚ? ਸਰ ਪੁੱਛੋ, ਜਦੋਂ ਪੈਸੇ ਮੰਗਦੇ ਮੈਂ ਨਾਲ ਹੀ ਟ੍ਰਾਂਸਫਰ ਕਰਦਾ ਸਰ, ਪੁੱਛੋ ਉਹਨਾਂ ਨੂੰ। ਨਹੀਂ ਨਹੀਂ ਸਰ, ਤੁਸੀਂ ਕੋਲ ਡਿਟੇਲਸ ਅਕਾਊਂਟ ਚੈੱਕ ਕਰਾ ਲਓ, ਹੋਰ ਜ਼ਰੂਰ ਭੇਜੇ। ਪਿਛਲੇ ਮਹੀਨੇ ਵੈਸ਼ਨੋ ਦੇਵੀ ਜਾਣਾ ਸੀਗਾ, ਇਹਨਾਂ ਨੇ 1500 ਰੁਪਏ ਇੱਕ ਪਾਇਆ ਸੀ, 500 ਇੱਕ ਪਾਇਆ ਸੀ, 500 ਇੱਕ ਪਾਇਆ ਸੀ, ਪਿਛਲੇ ਮਹੀਨੇ ਜ਼ਰੂਰ ਪਾਏ ਨੇ ਸਰ ਪੈਸੇ। ਉਦੋਂ ਆਪਣੀ ਇਹਦੀ ਬੇਟੀ ਨੇ ਪੈਸੇ ਮੈਨੂੰ ਕਦੋਂ ਦਿੱਤੇ? 1500 ਰੁਪਏ ਵੈਸ਼ਨੋ ਦੇਵੀ ਜਾਣ ਨੂੰ ਬੇਟੀ, ਮੇਰੇ ਕੋਲ ਪੈਸੇ ਨਹੀਂ ਸੀਗੇ, ਤੇ ਇਹਦੀ ਛੋਟੀ ਬੇਟੀ ਜਿੱਦ ਕਰੀ ਸੀ ਮੰਮੀ ਜਾਣਾ, ਤੇ ਇਹਨਾਂ ਨੇ 1500 ਰੁਪਏ ਆਪਣੇ ਆਪ ਪਾਏ ਸੀ, ਬੇਟੀ ਨੇ ਜਿੱਦ ਕੇ ਵੈਸ਼ਨੋ ਦੇਵੀ ਮੱਥਾ ਟਿਕਾ ਲਏ। ਫੋਨ ਚਲਾਣੇ ਨਾ, ਫੋਨ ਦੀ ਕਿਸ਼ਤਾਂ ਵੀ ਮੇਰੇ ਸਿਰ ਮਲੀਆਂ, ਮੈਂ ਵੀ ਇੱਥੇ ਆ ਕੇ ਨਾ ਕੰਮ ਕਰ ਕਰਕੇ 8000-10000 ਦੇ ਵਿੱਚ ਫੋਨ ਦੀ ਕਿਸ਼ਤਾਂ ਵੀ ਮੈਂ ਭਰੀਆਂ। मीडिया सामने अपना ढिड चक्या, हुण मैं दसदा सर। सर मेरी गल सुनो, ये कहंदे ना कि मैंने पैसे तारे हैं, सर सारे मेरे को ना एक एक लिस्ट पई है पैसे की, जिन्हें इन्होंने पाए हैं, जिन्हें अकाउंट च पाए हैं सर, 15 साल तो इन्हें किन्ने मेरे तो पैसे लिते हैं, किन्ना कुछ लिते हैं। फाइन, अगली कॉल प्लीज, नेक्स्ट कॉल प्लीज। ऐसी है ना, ओके होल्ड ऑन, पहले रिचार्ज तक मैं कराता रहा। हैप्पी जी प्लीज स्टॉप इट, पहले रिचार्ज तक मैं कराता। होल्ड ऑन एक मिनट, अगली कॉल प्लीज। तजिंदर बोलो जी। 15 साल इकट्ठे रहे तुसी? ਭਾਜੀ 15 ਸਾਲ ਇਕੱਠੇ ਰਹੇ, 15 ਸਾਲ ਬਾਅਦ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਦਾ ਕਰਤਾ। ਭਾਜੀ ਇਹਨਾਂ ਦੀ ਦਾਦੀ ਪੂਰੀ ਹੋ ਗਈ ਸੀ ਸਰ, ਲੋਕਡਾਊਨ ਚ ਆਟੋ ਲੈ ਕੇ ਮੈਂ ਬਿਹਾਰ ਲੈ ਕੇ ਗਏ ਇਹਨਾਂ ਨੂੰ ਸਰ, ਆਟੋ ਲੈ ਕੇ ਬਿਹਾਰ ਗਿਆ ਸਰ, ਇਹਨਾਂ ਨੇ ਕੀਤਾ, ਇਹਨਾਂ ਦੇ ਦੁੱਖ ਚ ਖੜਿਆ ਰਿਹਾ ਸਰ ਮੈਂ, ਇਹਨਾਂ ਨੇ ਮੇਰੇ ਨਾਲ ਮੁੜ ਕੇ ਹੁਣ ਹੀ ਕਿਉਂ ਇਹ ਚੱਕਰ ਪਿਆ? ਮਤਲਬ ਕਿ ਮੇਰੇ ਹਿਸਾਬ ਨਾਲ ਤਾਂ ਗਲਤੀ ਤੁਹਾਡੇ ਚ ਵੀ ਥੋੜੀ ਬਹੁਤੀ ਹੋਊਗੀ ਜੇ ਤੁਸੀਂ ਸ਼ੱਕ ਕਰਨ ਦੇ ਕੁੜੀ ਦੇ। ਭਾਜੀ ਮੈਂ ਗਲਤੀ ਸਾਰੀ ਆਪਣੀ ਮੰਨ ਰਿਹਾ, ਮੈਂ ਤਾਂ ਕਹਿ ਰਿਹਾ ਸਾਰੀ ਗਲਤੀ ਮੇਰੀ ਹੈ ਸਰ, ਮੈਂ ਆਪਣੀ ਗਲਤੀ ਐਗਰੀ ਕਰ ਰਿਹਾ। ਨਹੀਂ ਭਾਜੀ ਹੁਣ ਤਾਂ ਤੁਸੀਂ ਮੰਨ ਰਹੇ ਆ, ਕੱਲ ਨੂੰ ਤੁਹਾਨੂੰ ਇਹ ਇਕੱਠੇ ਵੀ ਬਾਸੀ ਸਾਹਿਬ ਕਰ ਦਿੰਦੇ ਆ, ਪਰ ਫੇਰ ਵੀ ਤੁਸੀਂ ਦਾਰੂ ਪੀ ਕੇ ਨਸ਼ਾ ਕਰਕੇ ਇਹ ਕੁੱਟਮਾਰ ਬੰਦ ਨਹੀਂ ਕਰਨੀ ਭਾਜੀ? ਦਾਰੂ ਸਰ, ਦਾਰੂ ਦੇ ਨਸ਼ੇ ਦੀ ਗੱਲ ਨਹੀਂ ਹੈ ਸਰ, ਜਿਹੜੀ ਗੱਲ ਦੀ ਐਗਰੀ ਹੈ ਨਾ, ਹੁਣ ਮੈਂ ਤਾਂ ਨਹੀਂ ਚਾਹਨਾ, ਮੈਂ ਨਹੀਂ ਚਾਹੁੰਦਾ ਸਰ ਮੀਡੀਆ ਸਾਹਮਣੇ ਕੋਈ ਗੱਲ ਆਵੇ।
ਉਹ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਸਰ ਮੈਂ ਤੁਹਾਡੀ ਵਾਈਫ ਦੀ ਗੱਲ ਵੀ ਸੁਣੀ ਉਹ ਬਹੁਤ ਅੱਕੇ ਪਏ ਆ ਤੇ ਇਸ ਕਰਕੇ ਬਾਸੀ ਸਾਹਿਬ ਇਹਨਾਂ ਨੂੰ ਤੁਸੀਂ ਅਲੱਗ ਅਲੱਗ ਕਰ ਦਿਓ ਇਹਨਾਂ ਦੀ ਨਹੀਂ ਨਿਭਣੀ ਥੈਂਕ ਯੂ ਅਗਲੀ ਕਾਪੀ ਨੈਕਸਟ ਕਾਪੀ करजा है माफ करना चाहते तो डेप्टी सोशल नंबर है 888-8899-14 महिंद्र जी थोड़ी सेव एक नंबर वन नाम है खाना खा ले स्वीट मिले सुखा जी ने याद रखो घर खरीदना बेचना अपने घर की सही एवेल्यूएशन कराओ उस तो बाद लिस्ट कराओ उस व्यक्ति द्वारा जिहड़ा तुहाडी प्रॉपर्टी फौरन बेच सके स्टक ना हो अपनी प्रॉपर्टी इसलिए लिस्ट कर ली गुरप्रीत सिद्धू 437-7713-13 याद रखो मेरे पास एक ग्रोसरी स्टोर ब्रम्पटन में बकाऊ है ग्रोसरी स्टोर की बहुत ज्यादा इनकम है एक ऐसा ग्रोसरी स्टोर है जिसकी इनकम बहुत ज्यादा है ये तुम ग्रोसरी स्टोर ब्रम्पटन च लेना चाहते हो एक ग्रोसरी स्टोर चलदा स्टोर लेना है ये इंडियन ग्रोसरी स्टोर बिक रहा नंबर है तुम कॉल कर लो सनी बाजवे 416-500-1212 नंबर रख दे ਤੁਸੀਂ ਕਿਸੇ ਨੇ ਗ੍ਰੋਸਰੀ ਬਿਜ਼ਨਸ ਵਿੱਚ ਪੈਣਾ ਤੇ ਬ੍ਰਾਂਟਨ ਵਿੱਚ ਇੱਕ ਗ੍ਰੋਸਰੀ ਸਟੋਰ ਬਕਾਊ ਹੈ ਇਹ ਲਿਸਟ ਕੀਤਾ ਸਨੀ ਬਾਜਵੇ ਨੇ ਔਰ ਬੜੀ ਬਿਜ਼ੀ ਲੋਕੇਸ਼ਨ ਆ ਔਰ ਪੰਜਾਬੀਆਂ ਦਾ ਇਹ ਇਲਾਕਾ ਆ ਅਤੇ ਗ੍ਰੋਸਰੀ ਸਟੋਰ ਜਿਹੜਾ ਜਿਹਨੇ ਲੈ ਲਿਆ ਉਹਨੇ ਰੋਜ਼ ਹੀ ਘਰ ਨੂੰ ਟੈਚੀ ਭਰ ਕੇ ਜਾਣੇ ਆ ਕੈਸ਼ ਦੇ ਸੋ ਕਾਲ ਕਰੋ 405-1162 ਨੰਬਰ ਸਨੀ ਬਾਜਵਾ 405-1162 ਇੱਕ ਗ੍ਰੋਸਰੀ ਸਟੋਰ ਬ੍ਰਾਂਟਨ ਵਿੱਚ ਵਿਕ ਰਿਹਾ ਸਨੀ ਬਾਜਵਾ ਨੰਬਰ ਹੈ 405-1162 ਹਾਂਜੀ ਨੈਕਸਟ ਕਾਲ ਨੰਬਰ 3 ਕਾਲ ਪਲੀਜ਼ ਬਾਸੀ ਅੰਕਲ ਚੱਕਰ ਦਾਰੂ ਦਾ ਨਹੀਂ ਹੈ ਇੱਕ ਚੱਕਰ ਹੋਰ ਵੀ ਹੈ ਸਿੱਧੂ ਭਾਈ ਤੁਸੀਂ ਬੰਦਾ ਗਲਤ ਲੈ ਆਏ ਇਹ ਕਿਸੇ ਹੋਰ ਚੱਕਰ 'ਚ ਵੀ ਫਸੇ ਹੋਏ ਆ ਕਿਹੜੇ ਚੱਕਰ 'ਚ ਇਹਨਾਂ ਨੂੰ ਗਿਆ ਸਿੱਧੂ ਭਾਈ ਸਮਝ ਗਏ ਇਹਨਾਂ ਨੂੰ ਗਿਆਨ ਚ ਕੱਢੋ ਪ੍ਰਭੂ ਹਾਂਜੀ ਬਿਲਕੁਲ ਜੀ ਪਰ ਆਪਾਂ ਕੋਈ ਧਾਰਮਿਕ ਟਿੱਪਣੀ ਨਹੀਂ ਦੇਣੀ ਚਾਹੁੰਦੇ ਸੋ ਐਵੇਂ ਕਈ ਵਾਰੀ ਨਹੀਂ ਨਹੀਂ ਭਾਜੀ ਮੇਰੀ ਗੱਲ ਸੁਣੋ ਫਿਰ ਉਹੀ ਆ ਗਈ ਨਾ ਮਤਲਬ ਆਪਣੀ ਧਾਰਮਿਕ ਵਾਲੀ ਗੱਲ ਆ ਗਈ ਕਿ ਮਤਲਬ ਮੈਂ ਭਾਜੀ ਸਰਦਾਰ ਫੈਮਿਲੀ 'ਚ ਬਿਲੋਂਗ ਕਰਦਾ ਮੈਂ ਤੁਹਾਡੀ ਉਹ ਗੱਲ ਆ ਗਈ ਪ੍ਰਭੂ ਵਾਲੀ ਤੁਸੀਂ ਗੱਲ ਕਹਿ ਰਹੇ ਹੋ ਭਾਜੀ ਜਿਹੜੀ ਟਿੱਪਣੀ ਕਹਿਣਾ ਚਾਹ ਰਹੇ ਭਾਜੀ ਮੈਂ ਪ੍ਰਭੂ ਵਾਲੀ ਗੱਲ ਸਮਝ ਗਿਆ ਸਰ ਭਾਜੀ ਕੋਈ ਇਹ ਕੋਈ ਵੀ ਕਿਸੇ ਦਾ ਪ੍ਰਮਾਤਮਾ ਜਾਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਬਿਲਕੁਲ ਸਾਰਿਆਂ ਨੂੰ ਆਜ਼ਾਦੀ ਆ ਗਈ ਲੜੋ ਜੀ ਪਰ ਜਿਹਦੇ ਵੀ ਲੜਨ ਲੱਗੇ ਹੋ ਉਹਨੂੰ ਚੰਗੀ ਤਰ੍ਹਾਂ ਉਹਦੀਆਂ ਮਤਲਬ ਕਿ ਜਿਹੜੀਆਂ ਗਾਈਡਲਾਈਨਸ ਨੇ ਉਹਨੂੰ ਜ਼ਰੂਰ ਫੋਲੋ ਕਰੋ ਤੇ ਕੋਈ ਕਿਸੇ ਵੀ ਧਰਮ ਨੂੰ ਅਪਣਾਉਂਦਾ ਗਾ ਸੋ ਉਹਨੂੰ ਮਤਲਬ ਕਿ ਉਹਦਾ ਸਤਿਕਾਰ ਕਰਨਾ ਚਾਹੀਦਾ ਤੇ ਬਾਕੀ ਮੈਨੂੰ ਨਹੀਂ ਲੱਗਦਾ ਕੋਈ ਵੀ ਧਰਮ ਇਹ ਕਹਿੰਦਾ ਕਿ ਪੈਗ ਲਾਓ ਤੇ ਜਨਾਨੀ ਕੁੱਟੋ ਚਲੋ ਪੈਗ ਸਾਰੇ ਲਾ ਲੈਂਦੇ ਆ ਪੈਗ ਲਾਉਣਾ ਵੀ ਬਹੁਤ ਮਾੜੀ ਗੱਲ ਹੈ ਸੋ ਪਰ ਔਰਤਾਂ ਦੇ ਉੱਤੇ ਹੱਥ ਚੱਕਣਾ ਉਹ ਮਾੜੀ ਗੱਲ ਆ ਸਾਡੀ ਤਾਂ ਬਾਣੀ ਕਹਿੰਦੀ ਹੈ ਕਿ ਸੋ ਕੇ ਮੰਦਾ ਆਖੀਏ ਜਿੱਤ ਜੰਮੇ ਰਜਾਣ ਸੋ ਬਾਕੀ ਚਲੋ ਮੈਨੂੰ ਨਹੀਂ ਪਤਾ ਕਿ ਹੋਰ ਧਾਰਮਿਕ ਗ੍ਰੰਥ ਕੀ ਕਹਿੰਦੇ ਨੇ ਸੋ ਜਿੱਥੋਂ ਵੀ ਤੁਹਾਨੂੰ ਸਿੱਖਿਆ ਮਿਲੇ ਉੱਥੋਂ ਲੈ ਲੈਣੀ ਚਾਹੀਦੀ ਹੈ ਸਰ ਮੈਂ ਤੁਹਾਨੂੰ ਦੱਸਾਂ ਮੇਰੇ ਘਰ ਤੋਂ ਕਿਆ ਪੀੜੀ ਚੱਲਦੀ ਆ ਰਹੀ ਹੈ ਐਕਚੁਅਲੀ ਇਹਨਾਂ ਦੇ ਫਾਦਰ ਸਾਹਿਬ ਵੀ ਦਾਰੂ ਪੀਂਦੇ ਸੀ ਇਹਨਾਂ ਦੇ ਫਾਦਰ ਸਾਹਿਬ ਵੀ ਮਦਰ ਨੂੰ ਕੁੱਟਦੇ ਸੀ ਉਹ ਇਹਨਾਂ ਨੇ ਦੇਖ ਕੇ ਮਤਲਬ ਐਕਚੁਅਲੀ ਉਹਨਾਂ ਨੇ ਗੱਲ ਮੇਰੇ ਤੇ ਪੁਆਇੰਟ ਰੱਖੀ ਪਈ ਹੈ ਹੁਣ ਇਹਨਾਂ ਦੇ ਜੋ ਜੀਜਾ ਜੀ ਨੇ ਸਰ ਉਹ ਸਭ ਕੁਝ ਕਰਦੇ ਆ ਜਿਹੜੇ ਮਤਲਬ ਬੜੇ ਜੀਜਾ ਜੀ ਇਹਨਾਂ ਦੇ ਸਭ ਕੁਝ ਕਰਦੇ ਆ ਉਹਨਾਂ ਦੀ ਅੱਛਾ ਉਹਨਾਂ ਦੀ ਵਾਈਫ ਕਿਵੇਂ ਕੱਟ ਰਹੀ ਉਹ ਕੋਠੇ 'ਚ ਕੰਮ ਵੀ ਕਰਦੀ ਹੈ ਠੀਕ ਹੈ ਜੀ ਲੋਕਾਂ ਦਾ ਝੂਠ ਵੀ ਮਾਰਦੀ ਹੈ ਸਭ ਕੁਝ ਕਰਦੀ ਹੈ ਸਰ ਦੁਨੀਆ ਤਾਂ ਮੇਰੇ ਵੀਰ ਬਹੁਤ ਕੁਝ ਕਰੀ ਜਾਂਦੀ ਆ ਦੁਨੀਆ ਚੰਗੇ ਕਰਮ ਕਰਨ ਵਾਲੇ ਵੀ ਬਹੁਤ ਆ ਮਾੜੇ ਕਰਨ ਵਾਲੇ ਤਾਂ 5-10% 5-7% ਹੀ ਹੁੰਦੇ ਹੈਗੇ ਚੰਗੇ ਕਰਨ ਵਾਲੇ ਵੀ ਬਥੇਰੇ ਆ ਚੰਗੇ ਕਰਨ ਵਾਲਿਆਂ ਤੋਂ ਵੀ ਸਿੱਖੋ ਮਾੜੇ ਦੀ ਐਗਜ਼ਾਮਪਲ ਕਿਉਂ ਲੈਣੀ ਚੰਗੇ ਤੋਂ ਐਗਜ਼ਾਮਪਲ ਲਾਓ ਨਾ ਕਈਆਂ ਨੇ ਆਪਦੀਆਂ ਘਰ ਵਾਲੀਆਂ ਨੂੰ ਮਤਲਬ ਕਿ ਵਧੀਆ ਰੱਖਿਆ ਹੋਇਆ ਗਾ ਹਨਾ ਕਈ ਵਧੀਆ ਬਿਜ਼ਨਸ ਦੇ ਵਿੱਚ ਵੀ ਨੇ ਤੇ ਕਈ ਇੱਥੇ ਐਵੇਂ ਧੱਕੇ ਖਾਂਦੇ ਫਿਰਦੇ ਨੇ ਹਨਾ ਇਹ ਸਿੱਖਿਆ ਲੈਣੀ ਤਾਂ ਕਿਸੇ ਚੰਗੇ ਬੰਦੇ ਤੋਂ ਲਓ ਕਿ ਤੁਸੀਂ ਮਾੜੇ ਨੂੰ ਹੀ ਫੋਲੋ ਕਰਨਾ ਤੇ ਉਹਦੇ ਨਾਲ ਕਹਿਣਾ ਕਿ ਮੈਂ ਮਾੜਾ ਜਿਹਾ ਤਾਂ ਵਧੀਆ ਉਹਦੇ ਨਾਲੋਂ ਹਨਾ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਨੈਕਸਟ ਕਾਲ ਪਲੀਜ਼ ਜੀ ਆਪਾਂ ਤਾਂ ਮਾੜਾ ਹੀ ਕਹਿੰਦੇ ਆਪਾਂ ਹੈਪੀ ਜੀ ਪਲੀਜ਼ ਸਾਨੂੰ ਟਾਈਮ ਦੇ ਕੋਈ ਸਮਾਂ ਐਸਾ ਹੈਪੀ ਜੀ ਚੁੱਪ ਕਰੋ ਮੈਨੂੰ ਕੁਝ ਕਾਲ ਲੈਣ ਨੂੰ ਜਲਦੀ ਵਿੱਚ ਅਸੀਂ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸੈਗਮੈਂਟ ਪੇਸ਼ ਕਰਨਾ ਹਾਂਜੀ ਨੈਕਸਟ ਕਾਲ ਨੰਬਰ 2 ਕਾਲਰ 12:15 ਵਜੇ ਆਪਾਂ ਸਟਾਰਟ ਕਰਨਾ ਜਿਹੜਾ ਮਾਲਟਨ ਕੱਲ ਪ੍ਰੋਟੈਸਟ ਹੈ ਬਸ ਜੀ ਹਾਂਜੀ ਆ 2 ਮਿੰਟ ਕਾਲ ਲਵਾਂਗੇ ਸਿਰਫ 2 ਨੰਬਰ 2 ਕਾਲਰ ਜੀ ਹੈਲੋ ਜੀ ਤੁਸੀਂ ਲਾਈਨ ਤੇ ਜੀ ਨੰਬਰ 2 ਕਾਲਰ ਹੈਲੋ ਬਾਸੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਆਪ ਜੀ ਹਾਂਜੀ ਬਾਸੀ ਸਾਹਿਬ ਜੀ ਮੈਂ ਲੜਕੀ ਨੂੰ ਗੱਲ ਕਰ ਸਕਦੀ ਹਾਂ ਹਾਂਜੀ ਹਾਂਜੀ ਕਰੋ ਹਾਂਜੀ ਬਨੀਤਾ ਹਾਂਜੀ ਮੈਮ ਹਾਂਜੀ ਬੇਟਾ ਹਾਂ ਬੇਟਾ ਤੂੰ ਵੀ ਅੱਛੀ ਹੈ ਲੜਕਾ ਵੀ ਅੱਛਾ ਹੈ ਥੋੜ੍ਹਾ ਹੌਲੀ ਬੋਲਿਆ ਕਰ ਪਿਆਰ ਨਾਲ ਬੋਲ ਉਹਨੇ ਵੀ ਠੀਕ ਹੋ ਜਾਣਾ ਤੇ ਤੂੰ ਵੀ ਠੀਕ ਹੋ ਜਾਣਾ ਤੂੰ ਉੱਚੀ ਬਹੁਤ ਬੋਲਦੀ ਤੇ ਮੋਰੇ ਬੋਲਦੀ ਹੈ ਨਾ ਥੋੜਾ ਜਿਹਾ ਆਦਮੀਆਂ ਦੇ ਮੋਰੇ ਝੁੱਕ ਵੀ ਪੈ ਜਾਂਦਾ ਕੋਈ ਗੱਲ ਨਹੀਂ ਤੂੰ ਲੜਕੀ ਆ चलो एक अद्धी वारी तां हो जांदा बहुत मतलब के बंदा कदे गुस्सा आ गया जां ए हो गया एक अद्धी वारी भी माड़ा कदे भी नहीं होना चाहिए क्योंकि असीं इहो जिहे समाज दे विच रहिंदे आ जिथे सारे बराबर आ मुंडे कुड़ी दा कोई भेदभाव नहीं
पर फिर भी एक साड़ी सभ्यता साड़ा सभ्याचार आ जिहड़ा इह गल किते ना किते थॉट लै लैंदा चल कोई नहीं पुत जे इक करी आए हो गया पर ਇਹ ਕੁੜੀਆਂ ਵਾਸਤੇ ਔਖਾ ਬਹੁਤ ਹੋ ਜਾਂਦਾ ਕਿਉਂਕਿ ਉਹ ਬੱਚੇ ਪਾਲਣ ਉਹ ਬਾਹਰ ਆਪਦਾ ਕੰਮ ਕਾਰ ਵੇਖਣ ਉਹ ਰੋਟੀ ਟੁੱਕ ਵੀ ਕਰਨ ਤੇ ਫਿਰ ਉਹਨਾਂ ਦੇ ਦਿਲ ਦੇ ਵਿੱਚ ਇੱਕ ਧੜਕੂ ਵੀ ਸਦਾ ਹੀ ਲੱਗਿਆ ਰਹੇ ਕਿ ਹੁਣ ਇਹਨੇ ਪੈਗ ਲਾ ਲਏ ਤੇ ਹੁਣ ਮੈਨੂੰ ਇਹ ਕੁੱਟੇ ਨਾ ਸੋ ਇਹੋ ਜਿਹੀ ਜਹਾਲਤ ਭਰੀ ਜ਼ਿੰਦਗੀ ਇਹ ਜਿਹੜੀਆਂ ਪੰਜਾਬ ਦੇ ਵਿੱਚ ਇਹ ਇਕੱਲੀ ਮਨੀਤਾ ਦੀ ਸਟੋਰੀ ਨਹੀਂ ਬਹੁਤ ਸਾਰੀਆਂ ਕੁੜੀਆਂ ਹੰਢਾ ਰਹੀਆਂ ਨੇ ਮੈਂ ਪਰਸਨਲੀ ਵੀ ਜਾਣਦਾ ਸੋ ਇਹੋ ਜਿਹੇ ਬੰਦਿਆਂ ਨੂੰ ਸੋਚਣ ਦੀ ਲੋੜ ਹੈ ਕਿਉਂਕਿ ਸਥਿਤੀ ਕਈ ਵਾਰੀ ਇਹੋ ਜਿਹੀ ਹੋ ਜਾਂਦੀ ਹੈ ਉਹ ਨਾ ਤਾਂ ਬੱਚਿਆਂ ਕਰਕੇ ਕੁੜੀਆਂ ਉਹ ਘਰ ਛੱਡਣ ਜੋਗੀਆਂ ਹੁੰਦੀਆਂ ਤੇ ਨਾ ਹੀ ਉਹ ਕੁੱਟ ਰਜਾਨਾ ਪੈਂਦੀ ਕਰਕੇ ਉੱਥੇ ਰਹਿਣ ਜੋਗੀਆਂ ਹੁੰਦੀਆਂ ਇਹ ਬੜੀ ਗੰਭੀਰ ਸਮੱਸਿਆ ਆ ਗਈ ਪਰ ਸਾਡੇ ਜਿਹੜੇ ਉੱਥੇ ਮੋਹਤਵਾਰ ਨੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਕੋਈ ਲੱਲੂ ਪੰਜੂ ਅਕਲ ਵੀ ਹੈ ਨਹੀਂ ਕਿ ਇਹ ਮੁੱਦਿਆਂ ਵੱਲ ਜਾਣ ਦੀ ਲੋੜ ਹੈ ਉਹ ਇੱਕ ਦੂਜੇ ਤੇ ਮੰਨ ਕੇ ਉਹਨਾਂ ਨੂੰ ਫਿਰ ਆਪਦੇ ਰੁਤਬੇ ਦਾ ਨਹੀਂ ਪਤਾ ਕਿ ਮੇਰਾ ਰੁਤਬਾ ਕੀ ਹੈ ਮੈਨੂੰ ਕਿਹੋ ਜਿਹਾ ਬਿਆਨ ਦੇਣਾ ਚਾਹੀਦਾ ਜਾਂ ਕਿਹੋ ਜਿਹਾ ਮੈਂ ਕੋਈ ਨਵੀਂ ਪਾਲਿਸੀ ਲੈ ਕੇ ਆਉਣੀ ਹੈ ਨਾ ਉਹ ਆਪ ਵੀ ਦੋ ਦੋ ਤਿੰਨ ਤਿੰਨ ਰੱਖੀ ਬੈਠੇ ਨੇ ਕਦੇ ਬੁੜੇ ਨੇ ਕੁੜੀ ਵਿਆਹ ਲਈ ਕਦੇ ਕੁੜੀ ਨੇ ਬੁੜਾ ਵਿਆਹ ਲਿਆ ਆਹ ਕੁਛ ਉੱਥੇ ਚੱਲੀ ਜਾਂਦਾ ਕਿ ਮੰਤਰੀ ਨੇ ਮੁੰਡਾ ਰੱਖ ਲਿਆ ਮੁੰਡੇ ਨੇ ਮੰਤਰੀ ਰੱਖ ਲਿਆ ਆਹ ਕੁਛ ਤਾਂ ਉੱਥੇ ਚੱਲੀ ਜਾਂਦਾ ਪਰ ਸਾਡੇ ਪੰਜਾਬ ਦੇ ਵਿੱਚ ਇਹ ਬਹੁਤ ਜ਼ਿਆਦਾ ਗੰਭੀਰ ਸਮੱਸਿਆ ਸੋ ਬਾਹਰ ਵੱਸਦੇ ਜਿੰਨੇ ਵੀ ਲੋਕ ਨੇ ਜੇ ਤੁਹਾਨੂੰ ਵੀ ਕੋਈ ਇਹੋ ਜਿਹੇ ਪਰਿਵਾਰ ਜਾਣਦੇ ਨੇ ਜਾਂ ਤੁਹਾਨੂੰ ਲੱਗਦਾ ਕਿ ਕੋਈ ਕਿਉਂਕਿ ਜਿਹੜੇ ਬਾਹਰ ਵੱਸਦੇ ਹੁੰਦੇ ਨੇ ਉਹਨਾਂ ਤੋਂ ਇੱਕ ਝੇਪ ਜੀ ਵੀ ਹੁੰਦੀ ਆ ਉੱਥੇ ਵੱਸਦੇ ਹੁੰਦੇ ਨੇ ਜਾਂ ਉਹਨਾਂ ਤੋਂ ਕੋਈ ਉਮੀਦ ਵੀ ਹੁੰਦੀ ਆ ਕਈ ਵਾਰੀ ਉਹਨਾਂ ਦੇ ਆਖੇ ਲੱਗਦੇ ਤੁਹਾਡੀ ਨਿਗਾਹ ਦੇ ਵਿੱਚ ਵੀ ਕੋਈ ਇਹੋ ਜਿਹੀ ਕੁੜੀ ਸਫ਼ਰ ਕਰ ਰਹੀ ਹੁੰਦੀ ਆ ਤਾਂ ਜ਼ਰੂਰ ਉਹਦਾ ਸਹਾਰਾ ਬਣਿਆ ਕਰੋ ਉਹਦੀ ਕੋਈ ਫਾਈਨੈਂਸ਼ੀਅਲੀ ਮਦਦ ਕਰਿਆ ਕਰੋ ਜਾਂ ਉਹਦੇ ਘਰ ਵਾਲੇ ਦੀ ਤੁਸੀਂ ਕਾਉਂਸਲਿੰਗ ਕਰ ਸਕਦੇ ਹੁੰਦੇ ਤਾਂ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਪੰਜਾਬ ਨੂੰ ਇਹ ਨਿਜਾਤ ਪਵਾ ਸਕੀਏ ਇਹੋ ਜਿਹੀਆਂ ਸਮੱਸਿਆਵਾਂ ਤੋਂ ਕਿਉਂਕਿ ਉੱਥੇ ਚੁਣੇ ਹੋਏ ਨੁਮਾਇੰਦੇ ਪਤਾ ਨਹੀਂ ਕਿਹੜੇ ਕਰਾਹੇ ਕਈ ਵਾਰੀ ਪੈ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਸਾਡੀ ਇਹ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਵੀ ਹੈ ਇੱਕ ਜੀ ਅਗਲੀ ਕਾਲ ਲੈਣੇ ਅਸੀਂ ਦੱਸੀਏ ਕਿ 3 bedroom ਦਾ ਮਕਾਨ ਤੁਸੀਂ ਲੈਣਾ ਚਾਹੁੰਦੇ ਤੇ ਮੇਰੇ ਪਾਸ 20 ਮਕਾਨ ਸੀ ਬੈਗ ਸੀ ਇੱਕ ਰੁਪਿੰਦਰ ਸਿੰਡਲ ਸਾਹਿਬ ਨੇ ਨਾਲ ਨੇ ਗੁਰਪ੍ਰੀਤ ਬੇਦੀ ਬਿਲਡਰ ਨੇ ਇਹਨਾਂ ਨੂੰ ਇੱਕ ਹੋਰ ਫੇਸ ਜਿਹੜਾ ਦੂਜਾ ਖੋਲਿਆ ਉਹ ਦਿੱਤਾ ਹੈ ਜਿਹੜਾ ਕਿ ਅੱਜ ਓਪਨ ਜਿਹੜੇ ਨੇ ਉਹ ਹੋ ਗਏ ਨੇ ਘਰ 3 bedroom ਦੇ ਮਕਾਨ ਵੇਚ ਰਹੇ ਨੇ ਇਹ ਵੀ ਘਰ ਬੈਗ ਹੈ ਕੱਲ ਸਾਰੇ ਹੁਣ ਇੱਕ ਹੋਰ ਵੱਖਰਾ ਇੱਕ ਏਰੀਆ ਜਿੱਥੇ ਮਕਾਨ ਬਣ ਰਹੇ ਨੇ 3 bedroom ਦੇ $5,000 ਦੇ ਕੇ ਤੁਸੀਂ ਬੁੱਕ ਕਰਾ ਲਓ ਤੁਸੀਂ $5,000 ਦੇ ਕੇ ਬਰੈਂਪਟਨ ਵਿੱਚ ਬਰੈਂਪਟਨ ਦੇ ਡਾਊਨਟਾਊਨ ਵਿੱਚ ਇਹ ਮਕਾਨ ਬਣ ਰਹੇ ਨੇ 3 bedroom ਦੇ $5,000 ਦੇ ਦੇਣ ਲਈ ਦੇ ਕੇ ਬੁੱਕ ਕਰਾਉਣ ਲਈ ਰੁਪਿੰਦਰ ਨੂੰ ਕਾਲ ਕਰੋ ਨੰਬਰ ਹੈ 647 ਜੋ ਸਕਰੀਨ 'ਤੇ ਆ ਰਿਹਾ ਨੰਬਰ ਨੋਟ ਕਰ ਲਓ 647-985-3100 ਕਾਲ ਕਰੋ 6479853100 ਮਹਾਰਾਜ ਜਿਊਲਰ ਜੋ ਕਿ ਪਟਰੋਸਾ ਡਰਾਈਵ 'ਤੇ ਹੈ ਏਸ਼ੀਅਨ ਫੂਡ ਸੈਂਟਰ ਜਿਹੜਾ ਪਲਾਜ਼ਾ ਹੈ ਤੁਹਾਡੇ ਸੇਵ 6 ਦਿਨ ਖੁੱਲਦਾ ਹੈ ਜਦੋਂ ਸ਼ਾਪਿੰਗ ਕਰਨੀ ਹੋਵੇ ਤਾਂ ਮਹਾਰਾਜ ਜਿਊਲਰ ਤੁਹਾਡੇ ਸੇਵ 'ਚ ਹਾਜ਼ਰ ਹੈ ਜੀ ਸਾਹਿਬ ਅਤੇ ਸੰਦੇਸ਼ ਦੇਣਾ ਚਾਹਾਂਗੇ ਜੀ ਖਾਸ ਟਰੱਕਾਂ ਵਾਲੇ ਵੀਰਾਂ ਖਾਸ ਕਰ ਧਿਆਨ ਦੇਣ ਜਾਂ ਤੁਹਾਡੀ ਜੇ ਤੁਸੀਂ ਰਿਪੇਅਰ ਦੇ ਲਈ ਸਪੇਅਰ ਪਾਰਟ ਦੇਖ ਰਹੇ ਹੋ ਤਾਂ ਸਕਰੀਨ 'ਤੇ ਤੁਹਾਨੂੰ ਇੱਕ ਬਹੁਤ ਵੱਡਾ ਸ਼ੋਰੂਮ ਦਿਖਾ ਰਹੇ ਹਾਂ ਜੀ ਇਹ ਕਹਿੰਦੇ ਕਿ ਖਰੀਦੋ ਹਰ ਤਰ੍ਹਾਂ ਦੇ ਟਰੱਕ ਸਪੇਅਰ ਪਾਰਟ ਅਤੇ ਟਾਇਰ ਸੋ ਬਹੁਤ ਹੀ ਘੱਟ ਕੀਮਤਾਂ ਦੇ ਵਧੀਆ ਕੁਆਲਿਟੀ ਤੁਹਾਨੂੰ ਬਹੁਤ ਡਿਸਕਾਊਂਟ ਵੀ ਮਿਲਣੇ ਆ ਤੇ ਕੁਆਲਿਟੀ ਵੀ ਬਹੁਤ ਵਧੀਆ ਮਿਲਣੀ ਹੈ ਜੇ ਤੁਸੀਂ ਟਰੱਕ ਸਪੇਅਰ ਪਾਰਟ ਲਓਗੇ ਇਹਨਾਂ ਤੋਂ ਤਾਂ ਡੈਲ ਪਾਰਟ ਪ੍ਰੋਡਕਟ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਜਾਂ ਫਿਰ ਇਹਨਾਂ ਦਾ ਸਟੋਰ ਵਿਜ਼ਿਟ ਕਰੋ 15 Regan Road ਯੂਨਿਟ 5 ਬ੍ਰੈਂਪਟਨ ਦੇ ਵਿੱਚ 15 Regan Road ਯੂਨਿਟ 5 ਬ੍ਰੈਂਪਟਨ ਦੇ ਵਿੱਚ ਇੱਕ ਵਾਰ ਕਾਲ ਕਰੋ ਇਹਨਾਂ ਦਿੱਤੇ ਨੰਬਰ ਤੇ 647-821-1352 ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਟਰੱਕ ਦਾ ਰਿਪੇਅਰ ਪਾਰਟ ਚਾਹੀਦਾ ਸਪੇਅਰ ਪਾਰਟ ਚਾਹੀਦਾ ਤਾਂ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਜੀ ਡੈਲ ਪਾਰਟ ਟਰੱਕ ਰਿਪੇਅਰ ਤੋਂ ਨੰਬਰ ਹੈ 647-821-1352 ਬਸ ਸਭ ਆਪਣੇ ਕੋਲ ਸਮਾਂ ਬੜਾ ਹੀ ਲਿਮਿਟਡ ਰਹਿ ਜਾਣਾ ਜੀ ਐਂਡ ਤੇ ਆਪਾਂ ਉਹ ਟਰੱਕ ਨੂੰ ਕਰਨਾ ਹੈ ਨੰਬਰ 2 ਕਾਲ ਲੈਣ ਤੇ ਹੋ ਹੈਲੋ ਜੀ ਬੋਲੋ ਜੀ 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 ਬੋਲੋ ਹਾਂਜੀ ਬਸ ਯਾਰ ਮੇਰੀ ਗੱਲ ਨਹੀਂ ਸੁਣੀ ਤੁਸੀਂ ਐਡ ਦੀ ਲੱਤ ਮੈਂ ਤਾਂ ਇਹਨਾਂ ਨੂੰ ਲੜਕੇ ਨਾਲ ਹਰਜਿੰਦਰ ਹਾਂਜੀ ਹਾਂਜੀ ਮੈਂ ਹਰਜਿੰਦਰ ਸਿੰਘ ਹੈਪੀ ਜੀ ਦੇਖੋ ਤੂੰ ਵੀ ਥੋੜਾ ਜਿਹਾ ਨਾ ਘੱਟ ਕਰ ਕੁੱਟਣਾ ਮਾਰਨਾ ਨੀ ਲੜਕੀ ਨੂੰ ਤੁਹਾਡਾ ਹੋਣਾ ਚਾਹੀਦਾ ਦੋਨਾਂ ਦਾ ਆਪਸ ਵਿੱਚ ਹੀ ਠੀਕ ਆ ਬੱਚੀਆਂ ਤੁਹਾਡੇ ਕੋਲ ਬੱਚੇ ਆ ਆਪਣਾ ਥੋੜਾ ਹੌਲੀ ਬੋਲੋ ਉਹਨੂੰ ਵੀ ਲੜਕੀ ਨੂੰ ਚਾਹੀਦਾ ਇੰਨਾ ਉੱਚੀ ਨਾ ਬੋਲੇ ਨਾ ਹੀ ਗਾਲਾਂ ਕੱਢੋ ਇੱਕ ਦੂਜੇ ਨੂੰ ਨਾ ਬੁਰਾ ਬੋਲੋ ਹੌਲੀ ਬੋਲੋਗੇ ਤੁਹਾਡਾ ਹੋ ਜਾਣਾ ਬਸ ਦਾ ਬਹੁਤ ਸਿਆਣੇ ਵੀ ਕਰਾ ਦੇਣਾ ਤੁਹਾਡਾ ਮਿਹਰਬਾਨੀ ਅਗਲੀ ਕਾਲ ਨੰਬਰ 1 ਕਾਲਰ ਗੁੱਡ ਮਾਰਨਿੰਗ ਬਸ ਜੀ ਅਮਨ ਬੋਲ ਰਹੇ ਕੈਲੀਫੋਰਨੀਆ ਤੋਂ ਅਮਨ ਲੌਂਗ ਟਾਈਮ ਜੀ ਹਾਂਜੀ ਬਸ ਜੀ ਸੋਰੀ ਬਸ ਜੀ ਆਪਣੇ ਹਰਜਿੰਦਰ ਜੀ ਮੈਂ ਤੁਹਾਡੇ ਕੋਲੋਂ ਇੱਕੋ ਗੱਲ ਕਹਿਣੀ ਹੈ ਤੁਹਾਨੂੰ ਤੁਸੀਂ ਦਾਰੂ ਪੀ ਕੇ ਭਾਬੀ ਜੀ ਨੂੰ ਤੁਸੀਂ ਕੁੱਟਦੇ ਸੀ ਤੁਸੀਂ ਇਹਦੀ ਕੁੱਟਣ ਦੀ ਬਜਾਏ ਤੁਸੀਂ ਇਹਨਾਂ ਨੂੰ ਪਿਆਰ ਕਰਦੇ ਤੁਸੀਂ ਕੁੱਟਦੇ ਕਿਉਂ ਸੀ ਹੁਣ ਜੇ ਤੁਸੀਂ ਦਾਰੂ ਛੱਡਣ ਨੂੰ ਰੈਡੀ ਹੈ ਜੀ ਜੇ ਭਾਬੀ ਜੀ ਤੁਹਾਨੂੰ ਕਿਹਾ ਜੀ ਮੇਰੀ ਗੱਲ ਸੁਣੋ ਸਰ 15 ਸਾਲ ਚ ਇਸ ਜਨਾਨੀ ਨੇ ਮੇਰੀ ਹਰ ਇੱਕ ਗੱਲ ਮੰਨੀ ਸਰ 3 ਸਾਲ ਚ ਇਸ ਤਰ੍ਹਾਂ ਦਾ ਕਿਆ ਹੋ ਗਿਆ ਜੋ ਮੇਰੀ ਗੱਲ ਮੰਨੀ ਵੱਧ ਗਈ ਸਰ ਮੈਨੂੰ ਖਾਣਾ ਨੀ ਦੇਣਾ ਸਰ ਮੈਂ ਪੈਸਾ ਕਮਾਉਣਾ
ਇਹ ਕਿਹੜਾ ਜੋਬ ਕਰਦੇ ਸਰ? ਉਸ ਤੋਂ ਪਹਿਲਾਂ ਘਰ ਮੈਂ ਚਲਾਇਆ ਸਰ, ਸਭ ਕੁਛ ਮੈਂ ਕੀਤਾ। ਸਾਰਿਆਂ ਨੇ ਉਹਨਾਂ ਦੀ ਪ੍ਰੋਬਲਮ ਸਮਝੀ, ਮੇਰੀ ਕਿਸੇ ਨੇ ਪ੍ਰੋਬਲਮ ਸਮਝੀ ਕਿ ਮੈਂ ਘਰ ਵੀ ਚਲਾਇਆ? ਇਸ ਵਾਈਫ ਨੇ ਮੇਰੇ ਨਾਲ ਹਰ ਇੱਕ ਕੀਤਾ, ਮੈਂ ਇਹ ਨਹੀਂ ਕਹਿੰਦਾ ਗਲਤ ਹੈ ਮੇਰੇ ਲਈ, ਕੋਈ ਗਲਤ ਨਹੀਂ ਸਰ, ਪਰ ਇਸਨੇ ਮੇਰੀ ਪ੍ਰੋਬਲਮ ਨਹੀਂ ਸਮਝੀ ਨਾ ਕਿ ਹਸਬੈਂਡ ਕੀ ਮਤਲਬ ਤੈਨੂੰ ਕਹਿ ਰਿਹਾ ਯਾਰ ਕਿਵੇਂ, ਮਤਲਬ ਤੇਰੇ ਦੁੱਖ ਚ ਮੈਂ ਹਰ ਖੜ ਪਾਸੇ ਖੜਿਆ। ਓਕੇ ਜੀ, ਨੈਕਸਟ ਕਾਲ ਹੈ ਆਪਣੀ ਜੀ, ਅਗਲੀ ਨੰਬਰ 3 ਕਾਲਰ ਐਂਡ ਲਾਸਟ ਕਾਲਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਬਸ ਜੀ, ਮੈਂ ਪਹਿਲਾਂ ਕਾਲਰ ਆ ਗਿਆ, ਮਾਤਾ ਜੀ ਕਹਿੰਦੇ ਕਿ ਇਹਨੂੰ ਕੁੜੀ ਨੂੰ ਝੁਕਣਾ ਚਾਹੀਦਾ, 15 ਸਾਲ ਤੱਕ ਕੁੜੀ ਕੁੱਟ ਖਾਂਦੀ ਰਹੀ ਹੈ, ਹੋਰ ਕਿੰਨਾ ਕੁ ਝੁਕ ਲਵੇ ਉਹ ਜੀ। ਠੀਕ ਹੈ ਜੀ, ਤੇ ਪਲੱਸ ਆ ਜਿਹੜਾ ਮੁੰਡਾ ਹੈਪੀ ਆ, ਇਹ ਕੁਛ ਨੀ ਕਰਦਾ, ਝੂਠ ਬੋਲਦਾ, ਜਿਹੜਾ ਇਹਦੇ ਪਾਪਿਆਂ ਦੇ ਸਾਹਮਣੇ ਆ ਰਹੇ ਆ। ਠੀਕ ਹੈ, ਸਭ ਤੋਂ ਵੱਡਾ ਪਾਪ ਇਹਦਾ ਇਹਨੇ ਆਪਣੇ ਬਾਪ ਤੇ ਹੱਥ ਚੱਕਿਆ। ਬਿਲਕੁਲ ਜੀ, ਤੇ ਇਹੋ ਜਿਹੇ ਮਤਲਬ ਕਿ ਕਈ ਬੇਸ਼ਰਮ ਹੁੰਦੇ ਆ, ਆਪਾਂ ਹੈਪੀ ਜੀ ਨੂੰ ਨਹੀਂ ਕਹਿੰਦੇ, ਪਰ ਕਈ ਇਹੋ ਜਿਹੇ ਬੇਸ਼ਰਮ ਬੰਦੇ ਹੁੰਦੇ ਆ, ਉਹ ਆਪਦੇ ਘਰ ਵਾਲੀਆਂ ਜਨਾਨੀਆਂ ਨੂੰ ਵੀ ਮਾਰਦੇ ਆ ਜੀ, ਹੱਥ ਚੱਕਦੇ ਉਹਨਾਂ ਤੇ, ਮਾਂ ਪਿਓ ਦੀ ਵੀ ਇੱਜ਼ਤ ਨਹੀਂ ਕਰਦੇ। ਉਦੋਂ ਬਾਅਦ ਚੋਂ ਪਿੰਡਾਂ ਦੇ ਵਿੱਚ ਬਹੁਤ ਵਾਰ ਬੰਦੇ ਰਹਿ ਜਾਂਦੇ ਆ, ਕੋਈ ਪੰਚਾਇਤ ਮੈਂਬਰ ਜਾਂ ਸਰਪੰਚ ਹਨ, ਉਹਨਾਂ ਨੂੰ ਵੀ ਮਤਲਬ ਕਿ ਫਿਰ ਮੰਦਾ ਚੰਗਾ ਬੋਲਦੇ ਆ ਨਾ, ਉਹਨਾਂ ਤੋਂ ਵੀ ਬੇਵਾਰ ਹੀ ਹੁੰਦੇ ਆਗੇ। ਸੋ ਇਹੋ ਜਿਹੇ ਬੰਦੇ ਮੈਨੂੰ ਲੱਗਦਾ ਡਿਜ਼ਰਵ ਹੀ ਨਹੀਂ ਕਰਦੇ ਕਿ ਕੋਈ ਇਹਨਾਂ ਦੇ ਲਾੜਾ ਆਪਦੀ ਧੀ ਲਾਵੇ। ਸੋ ਬੜੀ ਸਾਡੇ ਸਮਾਜ ਲਈ ਇਹ ਮੰਦਭਾਗੀ ਜੀ ਸਟੋਰੀ ਬਣ ਜਾਂਦੀ ਹੈ ਕਈ ਵਾਰੀ। ਸੋ ਆਪਾਂ ਇਹਨਾਂ ਨਾਲ ਗੱਲਬਾਤ ਬਸ ਸਭ ਇੱਥੇ ਹੀ। ਆਈ ਸੀ ਹੈਪੀ ਜੀ, ਬੜੀ ਮਿਹਰਬਾਨੀ, ਔਰ ਆਈ ਐਮ ਸੌਰੀ ਕਿ ਆਈ ਐਮ ਹੈਲਪਲੈਸ, ਔਰ ਇਸ ਮਾਮਲੇ ਵਿੱਚ ਕਸੂਰ ਜਿਹੜਾ ਬੇਹੱਦ ਤੁਹਾਡਾ ਹੈ, ਔਰ ਤੁਹਾਡਾ ਇੱਕੋ ਇੱਕ ਮੈਂ ਤੁਹਾਨੂੰ ਆਈਡੀ ਦੇਣਾ ਚਾਹੁੰਦਾ, ਤੁਸੀਂ ਆਪਣੇ ਵਿਚੋਲੇ ਨੂੰ, ਆਪਣੀ ਮਦਰ ਨੂੰ, ਆਪਣੀ ਸਿਸਟਰ ਨੂੰ ਅਤੇ ਕੁਝ ਹੋਰ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਕਿ ਤੁਹਾਡੀ ਗੱਲ ਸੁਣਦੇ ਨੇ ਥੋੜ੍ਹੀ ਬਹੁਤੀ, ਉਹਨਾਂ ਨਾਲ ਪਹਿਲਾਂ ਮਿਲੋ, ਉਸ ਤੋਂ ਬਾਅਦ ਇਹਨਾਂ ਨੇ ਘਰ ਜਾ ਕੇ ਮਾਫ਼ੀ ਹੈ ਜੀ ਤੁਸੀਂ ਮੰਗਣ ਦੀ ਕੋਸ਼ਿਸ਼ ਕਰੋ। ਮੈਨੂੰ ਲੱਗਦਾ ਕਿ ਤੁਹਾਡਾ ਇੰਨਾ ਵੱਡਾ ਕੋਈ ਡਿਸਪਿਊਟ ਨਹੀਂ ਹੈ, ਔਰ ਤੁਸੀਂ ਕੋਈ ਅੰਡਰਸਟੈਂਡ ਕਰਦੇ ਹੋ ਆਪਸ ਵਿੱਚ ਹੀ, ਕਾਫ਼ੀ ਲੰਬਾ ਸਮਾਂ ਤੁਸੀਂ ਇਕੱਠੇ ਰਹੇ ਹੋ। ਆਈ ਹੋਪ ਕਿ ਤੁਹਾਡਾ ਜ਼ਿੰਦਗੀ ਦਾ ਆਉਣ ਵਾਲਾ ਸਮਾਂ ਬਰਾਈਟ ਹੋਵੇਗਾ, ਔਰ ਆਪਣੀ ਸ਼ਰਾਬ ਨੂੰ ਪਹਿਲਾਂ ਤਿਆਗੋ, ਪਹਿਲਾਂ ਤੁਸੀਂ ਸ਼ਰਾਬ ਛੱਡ ਦਿਓ, ਉਸ ਤੋਂ ਬਾਅਦ ਦੂਜੇ ਨਸ਼ੇ ਛੱਡ ਦਿਓ। ਸਿਰਫ ਇੱਕ ਟਾਈਮ ਹੈਗਾ ਤੁਹਾਡੇ ਕੋਲ, ਇੱਕ ਮਿੰਟ ਮੇਰੀ ਸੁਣ ਲਓ ਸਰ। ਨਹੀਂ ਨਹੀਂ, ਮੇਰਾ ਟਾਈਮ ਇਜ਼ ਓਵਰ ਨਾਓ, ਸੋ ਤੁਸੀਂ ਸਮਾਂ ਸਾਡਾ ਵੇਸਟ ਨਾ ਕਰੋ। ਸੋ ਮੇਰੀ ਬੇਨਤੀ ਕਬੂਲ ਕਰੋ, ਸ਼ਰਾਬ ਪਹਿਲਾਂ ਛੱਡੋ, ਉਸ ਤੋਂ ਬਾਅਦ ਤੁਸੀਂ ਇਕੱਠੇ ਹੋਵੋ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਅਸੀਂ ਵਾਪਸ ਆ ਰਹੇ ਹਾਂ।